ਜੁਗਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਤੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿੱਥੇ ਇਸ ਨੂੰ ਭਰਮਾ ਹੰਗਾਰਾ ਮਿਲਦਾ ਅੱਜ ਅਸੀਂ ਪਹੁੰਚੇ ਹਾਂ ਲਹਿਰਾ ਦੇ ਟੋਲ ਪਲਾਜ਼ੇ ਦੇ ਵਿੱਚ ਜਿੱਥੇ ਵੱਡੇ ਤਦਾਦ ਵਿੱਚ ਕਿਸਾਨ ਤੁਸੀਂ ਇਕੱਠ ਦੇਖ ਰਹੇ ਹੋ ਲੋਕ ਸਵੇਰੇ 6 ਵਜੇ हेलो हेलो सो जिदा प्रिंसिपल सर ने जी सर हां जी आज पूरे भारत दीयां जथेबंदियां वल्लों ते संयुक्त किसान मोर्चा ਵੀਕੇ ਜੋ ਏਕਤਾ ਅਗਰਾਹਾ ਦੇ ਸੱਦੇ ਦੇ ਉੱਤੇ ਅੱਜ ਪੂਰੇ ਪੰਜਾਬ ਵਿੱਚ ਕੀ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ 27 ਤਰੀਕ ਨੂੰ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਸਾਡੀ ਭਾਰਤ ਦੀ ਪੂਰੀ ਪਰਜਾ ਨੇ ਸਾਰੇ ਕਿਰਤੀ ਲੋਕਾਂ ਨੇ ਪ੍ਰਵਾਨ ਕੀਤਾ ਉਹਦੀ ਜਿਹੜੀ ਪ੍ਰਵਾਨਗੀ ਆ ਸੁਣ ਚਾਰੇ ਪਾਸੇ ਦਿਸ ਰਹੀ ਆ ਭਾਵੇਂ ਅਸੀਂ ਸਾਰੇ ਪਾਸਿਓਂ ਤੰਗ ਹਾਂ ਜੇ ਅਸੀਂ ਇਹ ਕੰਮ ਨਾ ਕਰੀਏ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਾਡਾ ਕਿਰਤੀ ਲੋਕਾਂ ਦਾ ਜਿਹੜਾ ਭਾਈਚਾਰਾ ਸਾਡੀ ਇਹ ਲੜਾਈ ਆ ਇਹ ਕਿਸੇ ਕਿਸਾਨਾਂ ਮਜ਼ਦੂਰਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਪੂਰੇ ਭਾਰਤ ਦੇ ਲੋਕਾਂ ਦੀ ਹਰ ਇੱਕ ਵਰਗ ਦੀ ਸਾਂਝੀ ਲੜਾਈ ਹੈ ਜਿਹਨੂੰ ਲੜਨ ਦੇ ਲਈ ਅਸੀਂ ਇਹ ਗੱਲ ਘਰ ਘਰ ਤੱਕ ਸਮੁੱਚੀਆਂ ਜਥੇਬੰਦੀਆਂ ਨੇ ਪਹੁੰਚਾਈ ਆ ਉਸ ਨੂੰ ਦੇਖਦੇ ਹੋਏ ਜੇ ਹਰ ਇੱਕ ਵਰਗ ਸਾਰੇ ਲੋਕ ਭਾਰਤ ਦੇ ਕਿਰਤੀ ਲੋਕ ਇਕੱਠੇ ਹੋ ਕੇ ਸੜਕਾਂ ਦੇ ਉੱਤੇ ਉਤਰੇ ਨੇ ਇਹ ਸਰਕਾਰ ਨੂੰ ਦੱਸਣ ਦੇ ਲਈ ਵੀ ਜਿਹੜੀ ਸਰਕਾਰ 3 ਆਰਡੀਨੈਂਸ ਕਾਲੇ ਕਾਨੂੰਨ ਲੈ ਕੇ ਆਈ ਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਸਾਰੀਆਂ ਜਥੇਬੰਦੀਆਂ ਇੱਕ ਮੁੱਖ ਹੋਈਆਂ ਤੁਸੀਂ ਦੇਖ ਹੀ ਚੁੱਕੇ ਹੋ ਵੀ ਮੋਦੀ ਅਮਰੀਕਾ ਦੇ ਵਿੱਚ ਗਿਆ ਉੱਥੇ ਵੀ ਸਾਡੇ ਕਿਰਤੀ ਲੋਕਾਂ ਦੇ ਭਾਈਚਾਰੇ ਨੇ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਇੱਕ ਵੱਡੀ ਪੱਧਰ 'ਤੇ ਵਿਰੋਧ ਕੀਤਾ ਜਦੋਂ ਇਹ ਸੰਘਰਸ਼ ਸ਼ੁਰੂ ਕਰਿਆ ਪੰਜਾਬ ਦੇ ਵਿੱਚ ਨਾਕੇ ਲੱਗਣੇ ਸ਼ੁਰੂ ਹੋਏ ਸੀ ਪਟਿਆਲੇ ਦਾ ਮੋਰਚਾ ਲਾਇਆ ਸੀ ਦਿੱਲੀ ਜਾਣ ਤੋਂ ਪਹਿਲਾਂ 25 ਤਰੀਕ ਨੂੰ ਸਾਲ ਪਹਿਲਾਂ ਇਸੇ ਤਰ੍ਹਾਂ ਪੂਰੇ ਭਾਰਤ ਦਾ ਬੰਦ ਦਾ ਸੱਦਾ ਦੇ ਕੇ ਅਸੀਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰਾਂ ਹਲੇ ਵੀ ਸੁੱਤੀਆਂ ਪਈਆਂ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਬਿਆਨ ਦੇ ਰਹੇ ਨੇ ਮੋਦੀ ਸਾਹਿਬ ਸਾਡਾ 700 ਕਿਸਾਨ ਅੱਜ ਤੱਕ ਸ਼ਹੀਦ ਹੋ ਗਿਆ ਕਿਸੇ ਵੀ ਸਰਕਾਰ ਨੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਸਾਡੇ ਨਾਲ ਅੱਜ ਤੱਕ ਇੱਕ ਵੀ ਬਿਆਨ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਨਹੀਂ ਆਇਆ ਸਰਕਾਰ ਨੇ ਸਾਡਾ 600-700 ਕਿਸਾਨ ਉੱਥੇ ਸ਼ਹੀਦ ਹੋ ਗਿਆ ਮੋਰਚਿਆਂ ਦੇ ਵਿੱਚ ਅੱਜ ਤੱਕ ਸਾਡੀ ਕੋਈ ਖਬਰਸਾਰ ਦਵਾਈ ਬੂਟੀ ਤੱਕ ਨਹੀਂ ਇਹ ਸਰਕਾਰਾਂ ਨੇ ਲਈ ਜਿਹਨਾਂ ਨੂੰ ਅਸੀਂ 70 ਸਾਲ ਤੋਂ ਵੋਟਾਂ ਪਾ ਕੇ ਕੁਰਸੀਆਂ ਨਿਵਾਜਦੇ ਇਹ ਸਾਡੀ ਭਰਾਵੋ ਜਿਹੜੀ ਲੜਾਈ ਆ ਇਹ ਇਕੱਲਿਆਂ ਦੀ ਨਹੀਂ ਇਹ ਘਰ ਘਰ ਦੀ ਚੁੱਲ੍ਹੇ ਚੁੱਲ੍ਹੇ ਦੀ ਲੜਾਈ ਆ ਜਿਹੜੀ ਸਾਡੇ ਆਗੂਆਂ ਨੇ ਸਾਡੀਆਂ ਜਥੇਬੰਦੀਆਂ ਨੇ ਇੱਕ ਸ਼ਾਂਤਮਈ ਢੰਗ ਦੇ ਨਾਲ ਲੜੀ ਆ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤੀ ਇੱਕ ਸਾਈਡ 'ਤੇ ਬੈਠ ਕੇ ਸਾਡੀਆਂ ਜਥੇਬੰਦੀਆਂ ਨੇ ਸੰਘਰਸ਼ ਲੜਿਆ ਅਤੇ ਇਹਦੇ ਵਿੱਚ ਹਰ ਇੱਕ ਵਰਗ ਨੇ ਭਾਵੇਂ ਉਹ ਵਕੀਲ ਨੇ ਜੱਜ ਨੇ ਟੀਚਰ ਯੂਨੀਅਨਾਂ ਨੇ ਬਿਜਲੀ ਬੋਰਡ ਆ ਜਿੰਨੇ ਵੀ ਸਾਡੇ ਭਾਰਤ ਦੇ ਸਮੁੱਚੇ ਕਿਰਤੀ ਲੋਕ ਨੇ ਸਾਰਿਆਂ ਨੇ ਇਹਦੇ ਵਿੱਚ ਭਾਗ ਲਿਆ ਹਿੱਸਾ ਪਾਇਆ ਅਤੇ ਇਹਦੇ ਵਿੱਚ ਵਾਧਾ ਕੀਤਾ ਜੇ ਇਸ ਗੱਲ ਦੇ ਵਿੱਚ ਸੱਚਾਈ ਆ ਜਥੇਬੰਦੀਆਂ ਨੇ ਇਹ ਲੜਾਈ ਦਾ ਸੱਦਾ ਦਿੱਤਾ ਸੀ ਗੱਲ ਸਮਝਾਈ ਸੀ ਜਿਹਦੇ ਵਿੱਚ ਹਰ ਇੱਕ ਵਰਗ ਪੁੱਦਿਆ ਇਸ ਦੇ ਨਾਲ ਅੱਜ ਅਸੀਂ ਮੋਦੀ ਸਰਕਾਰ ਨੂੰ ਥੱਲੇ ਸਿੱਟਿਆ ਪਤਾ ਲੱਗਿਆ ਇਹਨਾਂ ਨੂੰ ਵੀ ਹਾਂ ਬਿਲਕੁਲ ਇਹ ਲੜਾਈ ਸੱਚੀ ਆ ਅੱਜ ਉਸੇ ਤਰ੍ਹਾਂ ਜਿਹੜਾ ਸਾਲ ਪਹਿਲਾਂ ਅਸੀਂ ਇਹ ਬੰਦ ਦਾ ਸੱਦਾ ਦੇ ਕੇ ਤੁਰੇ ਸੀ ਅੱਜ ਉਹਨੂੰ ਇੱਕ ਸਾਲ ਹੋ ਗਿਆ ਉਹੀ 27 ਤਰੀਕ ਨੂੰ ਅੱਜ ਦੁਬਾਰੇ ਪੂਰੇ ਭਾਰਤ ਦਾ ਬੰਦ ਦਾ ਸੱਦਾ ਦਿੱਤਾ ਜਿਹਨੂੰ ਪੂਰਾ ਸਾਡੀ ਜਨਤਾ ਨੇ ਸਾਡੇ ਲੋਕਾਂ ਨੇ ਸਫਲ ਬਣਾਇਆ ਅਤੇ ਅਗਲਾ ਸੱਦਾ ਜਿਹੜਾ 28 ਤਰੀਕ ਨੂੰ ਸਾਡੇ ਸ਼ਹੀਦਾਂ ਨੇ ਜਿਹੜੇ ਸੁਪਨਿਆਂ ਦਾ ਉਹ ਸਮਾਜ ਸਿਰਜਣਾ ਚਾਹੁੰਦੇ ਸੀ ਭਾਰਤ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਦੇ ਸੁਪਨਿਆਂ 'ਤੇ ਚੱਲ ਕੇ ਵੀ ਆਹ ਆਜ਼ਾਦੀ ਆ ਜਿਹੜੀ ਦੇਸ਼ ਦੇ ਵਿੱਚ ਆਉਣੀ ਚਾਹੀਦੀ ਆ ਉਹ ਨਹੀਂ ਆਈ ਸੀ ਉਹਨੂੰ ਲਿਆਉਣ ਦੇ ਲਈ ਕੱਲ੍ਹ ਅਸੀਂ ਪੂਰੇ ਭਾਰਤ ਦੇ ਲੋਕਾਂ ਨੂੰ ਸੱਦਾ ਦਿੰਦੇ ਹਾਂ ਪੰਜਾਬ ਦੇ ਸਾਡੇ ਕਿਰਤੀ ਕਿਸਾਨਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਵੀ ਕੱਲ੍ਹ ਨੂੰ ਬਰਨਾਲੇ ਦੀ ਧਰਤੀ 'ਤੇ ਦਾਣਾ ਮੰਡੀ ਦੇ ਵਿੱਚ ਜਿਹਦੇ ਅੱਜ ਸਾਡੇ ਭਗਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਅਸੀਂ ਮਨਾਉਣ ਜਾ ਰਹੇ ਹਾਂ ਸਾਰੇ ਵਰਗਾਂ ਨੂੰ ਬੇਨਤੀ ਕਰਦੇ ਹਾਂ ਵੀ ਉੱਥੇ ਵੱਧ ਚੜ੍ਹ ਕੇ ਸਾਰੇ ਪਹੁੰਚੋ ਸਾਰੇ ਭਾਰਤੀ ਸਮੇਂ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ
ਪੂਰਾ ਸਮਰਥਨ ਕੀਤਾ ਜਾਂਦਾ ਰਿਹਾ। ਸਾਡੇ ਇਲਾਕੇ ਦੇ ਵਪਾਰੀ ਵਰਗ, ਦੁਕਾਨਦਾਰ ਵਰਗ, ਹੋਰ ਵੀ ਜਿਹੜੇ ਸਾਡੇ ਨਾਲ ਸਹਿਮਤ ਨੇ ਬੰਦੇ, ਸਾਰਿਆਂ ਨੇ ਅੱਜ ਪੂਰਾ ਸਹਿਯੋਗ ਦਿੱਤਾ ਸਾਨੂੰ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਬਿੱਲ ਰੱਦ ਕੀਤੇ ਜਾਣ। ਅੱਜ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉੱਪਰ ਭਾਰਤੀ ਖੰਡ ਏਕਤਾ ਗਰਾਹਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਭਾਰਤ ਬੰਦ ਦੇ ਸੱਦੇ ਦੇ ਉੱਪਰ ਅੱਜ ਲਹਿਰੇ ਟੋਲ ਪਲਾਜ਼ੇ 'ਤੇ ਵੱਡੀ ਗਿਣਤੀ ਦੇ ਉੱਪਰ ਭਗਤਾਂ, ਕਿਸਾਨ ਮਜ਼ਦੂਰ, ਜਥੇਬੰਦੀਆਂ, ਵਪਾਰੀ ਵਰਗ, ਦੁਕਾਨਦਾਰ ਵੀਰਾਂ ਨੇ ਵੱਡੇ ਇੱਕ ਮਾਰਚ ਦੇ ਰੂਪ ਵਿੱਚ ਅਸੀਂ ਇੱਥੇ ਭਾਰਤ ਬੰਦ ਨੂੰ ਸੜਕ ਦਿੱਤੀ ਆ। ਨਾਲ ਹੀ ਅਸੀਂ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਮੋਰਚੇ ਦਿੱਲੀ ਦੇ ਵਿੱਚ ਚੱਲ ਰਹੇ ਨੇ ਇਹਨਾਂ ਵਿੱਚ ਪੰਜਾਬ ਦੇ ਵਿੱਚ ਖੁੱਲ੍ਹ ਸਮਰਥਨ ਆ ਜਿਹੜਾ ਕਿ ਅੱਜ ਸਾਰੇ ਪੰਜਾਬ ਅਤੇ ਸਾਰੇ ਭਾਰਤ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਕਿਉਂਕਿ ਵੱਖ ਵੱਖ ਥਾਵਾਂ 'ਤੇ ਚੱਲ ਆ ਰਹੀਆਂ ਨੇ ਕਿ ਵੱਡੇ ਰੂਪ ਵਿੱਚ ਭਾਰਤ ਸਮਰਥਨ ਮਿਲ ਰਿਹਾ। ਇਸ ਕਰਕੇ ਅਸੀਂ ਸਾਰੇ ਵੀਰਾਂ ਨੂੰ ਨਾਲ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਸਾਡੀ 28 ਤਰੀਕ ਨੂੰ ਬਰਨਾਲਾ ਦਾਣੀ ਮੰਡੀ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋ ਰਹੀ ਆ ਜਿੱਥੇ ਸਾਰੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਉੱਥੇ ਪਹੁੰਚੋ ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹ ਦੇ ਪ੍ਰਧਾਨ ਅਤੇ ਸਾਰੀ ਜਥੇਬੰਦੀ ਦੇ ਆਗੂ ਪਹੁੰਚ ਰਹੇ ਨੇ। ਸਾਰੇ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਥ ਕਿਸਾਨ ਮੋਰਚਾ ਵੱਲੋਂ ਅੱਜ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਵੱਡੇ ਪੱਧਰ 'ਤੇ ਹੁੰਗਾਰਾ ਮਿਲ ਰਿਹਾ। ਅੱਜ ਅਸੀਂ ਪਹੁੰਚੇ ਲਹਿਰਾ ਦੇ ਟੋਲ ਪਲਾਜ਼ਾ ਦੇ ਵਿੱਚ ਜਿੱਥੇ ਵੱਡੇ ਪੱਧਰ 'ਤੇ ਕਿਸਾਨਾਂ ਦੇ ਨਾਲ ਨਾਲ ਆਮ ਵਰਗ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਹੋਇਆ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਆਪਣਾ? ਅਸੀਂ ਅੱਜ ਲਹਿਰਾ ਟੋਲ ਪਲਾਜ਼ਾ 'ਤੇ ਪਹੁੰਚੇ ਹਾਂ ਅਤੇ ਸਾਡੇ ਕੋਲ ਜ਼ਮੀਨਾਂ ਤਾਂ ਹੈ ਪਰ ਸਾਡੀ ਜ਼ਮੀਨ ਚੱਲ ਗਈ ਤਾਂ ਕਿ ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਪੱਖ ਪੂਰਿਆ ਅਤੇ ਮੋਦੀ ਸਰਕਾਰ ਨੂੰ ਦੱਸੀਏ ਵੀ ਜਿਹੜੇ ਲੋਕ ਨੇ ਤੇਰੇ ਤੋਂ ਬਹੁਤ ਤੰਗ ਨੇ, ਪਰੇਸ਼ਾਨ ਨੇ, ਜਿਹੜੇ ਤੇ ਕਾਲੇ ਕਾਨੂੰਨ ਲਾਏ ਨੇ ਲੋਕਾਂ ਦੇ, ਇਹਨਾਂ ਨੂੰ ਵਾਪਸ ਦੇ। ਅਤੇ ਅਸੀਂ ਅੱਜ ਫਿਰ ਲਹਿਰਾ ਟੋਲ ਪਲਾਜ਼ੇ ਪਹੁੰਚਿਆ, ਹਜ਼ਾਰਾਂ ਦੀ ਗਿਣਤੀ 'ਚ ਇਕੱਠ ਆ ਅਤੇ ਆਮ ਵਰਗ ਵੀ ਸਾਰਾ ਇੱਥੇ ਪਹੁੰਚਿਆ ਅਤੇ ਮੋਦੀ ਸਰਕਾਰ ਨੂੰ ਫਿਰ ਇਹੀ ਗੱਲ ਕਹਿਣੀ ਵੀ ਜਿਹੜੇ ਕਾਲੇ ਕਾਨੂੰਨ ਲਾਏ ਨੇ ਤੂੰ ਵਾਪਸ ਲੈ, ਪੰਜਾਬ ਕਿਸਾਨ ਏਕਤਾ ਜਿੰਦਾਬਾਦ। ਡਾਕਟਰ ਸਾਹਿਬ, ਤੁਸੀਂ ਅੱਜ ਫਰੀ ਦੇ ਵਿੱਚ ਇੱਕ ਮੈਡੀਕਲ ਕੈਂਪ ਲਾਇਆ ਜੀ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਮੇਰਾ ਕੈਂਪ ਮੈਂ ਅਨੰਦਪੁਰ ਸਾਹਿਬ ਵੀ ਲੈ ਕੇ ਆਉਂਦਾ ਅਤੇ ਮੈਨੂੰ 11 ਸਾਲ ਹੋ ਗਏ ਸਾਡੇ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਵਾ ਅਤੇ ਟਾਹਲੀ ਸਾਹਿਬ ਵੀ ਮੇਰਾ ਕੈਂਪ ਹੁੰਦਾ, ਉੱਥੇ ਪੂਰਨਮਾਸੀ ਹੁੰਦੀ ਹੈ ਅਤੇ ਮੱਛਿਆ ਮੇਰਾ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਡੇ ਗੁਜਰਵਾਲ, ਉੱਥੇ ਮੈਨੂੰ 11 ਸਾਲ ਹੋ ਗਏ ਨੇ ਅਤੇ ਟਾਹਲੀ ਸਾਹਿਬ ਤੈਨੂੰ ਅਨੰਦਪੁਰ ਦਾ 15 ਸਾਲ ਹੋ ਗਏ, ਉੱਥੇ ਹੋਲੇ ਮਹੱਲੇ ਲਾਈ ਦਾ ਵਾ ਅਤੇ ਫਤਿਹਗੜ੍ਹ ਸਾਹਿਬ ਇੱਕ ਦਿਨ ਦਾ ਕੈਂਪ ਹੁੰਦਾ ਵਾ, ਉਹਦੇ ਛੋਟੇ ਸਾਹਿਬਜ਼ਾਦੇ ਵੀ ਲਾਈਦਾ ਅਤੇ ਗਾਹਾਂ ਪਰ ਦੰਤ ਮਾਸਾ ਹੁੰਦਾ ਵਿਸਾਖੀ ਵੇਲੇ ਲਾਈਦਾ। ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਜੀ ਅੱਜ ਕੱਲ੍ਹ ਦੇ ਇੱਕ ਤਾਂ ਡਾਕਟਰ ਹੈ ਕਿ ਜਿੱਥੇ ਵੀ ਜਾਂਦੇ ਉਹਨਾਂ ਤਾਂ ਬਹੁਤ ਵੱਡੀਆਂ ਵੱਡੀਆਂ ਫੀਸਾਂ ਰੱਖੀਆਂ ਹੁੰਦੀਆਂ ਕਿ ਬਹੁਤ ਵੱਡੀਆਂ ਫੀਸਾਂ ਹੁੰਦੀਆਂ ਕਿ ਤੁਸੀਂ ਫਰੀ ਹੋ ਸਾਰਿਆਂ ਨੂੰ ਮੈਡੀਸਨ ਦੇ ਰਹੇ ਹੋ? ਫਿਰ ਇਹ ਮੈਨੂੰ ਪਤਾ ਕੀ ਹੈ, ਮੈਨੂੰ ਬੈਕਗ੍ਰਾਉਂਡ ਇੰਨਾ ਕੁ ਦੇਤਾ ਜੀ, ਮੈਂ ਕਿਹਾ ਜੀ ਲੋਕਾਂ ਨੂੰ ਬਣਨਾ ਸਭ ਤੋਂ ਬਣਦਾ ਲੱਗਾ ਨਹੀਂ, ਕਿੱਦਾਂ ਬੁਲਾਵਾ ਜੀ, ਮੈਂ 7ਵਾਂ ਸਾਲ ਲੱਗਿਆ ਮੈਨੂੰ, ਹੁਣ ਕਹਿੰਦੇ ਕਿੱਦਾਂ ਬੁਲਾਵਾ ਆਜੂ ਜੀ, ਵੀ ਜਿੰਨਾ ਲਾਹਾ ਲੈਣਾ ਬੈਕਗ੍ਰਾਉਂਡ ਕਹਿੰਦੇ ਲੈ ਲਓ ਲਾਹਾ। ਮੇਰੇ ਦੋ ਕੁੜੀਆਂ ਦੇ ਵਿਆਹ ਪਿਛਲੀ ਲੋਕਡਾਊਨ 'ਚ ਕਰਤੇ, ਛੇਵੇਂ ਪਾਤਸ਼ਾਹ ਨੇ ਕੈਨੇਡਾ ਦੇ ਮੁੰਡੇ ਮਿਲ ਗਏ ਨੇ ਮੈਂ ਤੁਹਾਨੂੰ ਦੱਸਿਆ, ਉਹਨਾਂ ਦਾ ਫਲਾ ਮੇਰੇ ਦਾ ਹੋਰ, ਮੇਰਾ ਵਿਸ਼ਵਾਸ ਇੰਨਾ ਵੱਧ ਗਿਆ ਹੁਣ, ਮੈਂ ਕਿਹਾ ਵੀ ਜਿੱਥੇ ਕਿਤੇ ਕੰਮ ਇਹੋ ਜਿਹਾ ਹੁੰਦਾ ਉੱਥੇ ਕੈਂਪ ਲਾਉਣਾ ਚਾਹੇ ਮੇਰਾ ਕੱਖ ਨਾ ਰਹੇ, ਵੀ ਲੋਕਾਂ ਵਾਸਤੇ ਬਣਿਆ, ਲੋਕਾਂ ਦੀ ਭਲਾਈ ਵਾਸਤੇ ਜਿੰਨਾ ਵੀ ਤੂੰ ਹੋ ਸਕੋ ਕੰਮ ਆਪਦੇ ਵਾਸਤੇ ਕਰੀ ਜਾਊਂਗਾ। ਠੀਕ ਹੈ, ਮੈਂ ਥੋੜ੍ਹੇ ਥੋੜ੍ਹੇ ਕਰਕੇ ਉਹਨਾਂ ਵੰਡੀ ਚੱਲਦਾ, ਇਹ ਸਾਰਾ ਫਰੀ ਆਫ ਕੋਸਟ ਹੈ ਜੀ। ਤਾਂ ਜੀ ਮੈਂ ਆਪਦੇ ਕੋਲ ਹੀ ਲਾਉਣਾ, ਕੋਈ ਮੈਨੂੰ ਪੈਸਾ ਨਹੀਂ ਦਿੰਦਾ, ਕੋਈ ਆਪਣੀ ਪਿੰਡ ਦੀ ਕੋਈ ਸੰਕ ਬਣੀ ਨਹੀਂ ਹੋਈ ਹੈਗੀ, ਕੋਈ ਗੌਰਮੈਂਟ ਨਹੀਂ ਦਿੰਦੀ ਮੈਨੂੰ ਪੈਸਾ ਕੋਈ, ਮੈਂ ਜਿਹੜੀ ਮੇਰੇ ਪੱਲੇ ਹੋਵੇ ਜਿੰਨੇ ਕੁ ਪੈਸੇ ਕਮਾਉਣਾ ਉਨੇ ਕੁ ਮੈਨੂੰ ਦੇਈ ਜਾਂਦੇ ਨੇ। ਠੀਕ, ਪੈਸੇ ਦੇ ਗਿਆ ਠੀਕ ਆ, ਨਹੀਂ ਕੋਈ ਦੇਖੋ ਤਾਂ ਵੀ ਠੀਕ ਆ ਜੀ। ਗੁਜਰਵਾਲ ਜਿਹੜਾ ਕਲੀਨਿਕ ਚਲਾ ਰਹੇ ਹੋ ਉਹਦਾ ਨਾਂ ਕੀ ਹੈ ਜੀ ਤੁਹਾਡਾ? ਉਹਦਾ ਕਮਲ ਕਲੀਨਿਕ ਆ ਜੀ। ਕਮਲ ਕਲੀਨਿਕ ਦੇ ਨਾਂ, ਠੀਕ ਹੈ, ਧੰਨਵਾਦ।